ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਰਾਗ ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤ ਗੁਰਪ੍ਰਸਾਦ ਪਹਿਲ ਪੁਰੀਏ ਪੁਨਰਕ ਵਰਾ ਤਾਚੇ ਹੰਸਾ ਸਗਲੇ ਜਨ ਪਹਿਲ ਪੁਰੀਏ ਪੁਨਰਕ ਵਰਾ ਤਾਚੇ ਹੰਸਾ ਸਗਲੇ ਜਨ ਕ੍ਰਿਸ਼ਨਾ ਤੇ ਜਾ ਰਹੋ ਹਰ ਹਰ ਨਾਚੰਤੀ ਨਾਚਨਾ ਰਹਾ ਪਹਿਲ ਪੁਰਸਾ ਬਿਰਾ ਅਥੋਣ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਭਿੰਦੀ ਮੈਂ ਸਾਗਰਾ ਰਹਾ ਨਾਚੰਤੀ ਗੋਪੀ ਚੰਨਾ ਨਈਆ ਤੇ ਬਹਿਰੇ ਕੰਨਾ ਤਰਕ ਨਾਚਾ ਭਰਮੀਆਂ ਚਾ ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ ਬਿੰਦੀ ਉਹ ਕਰੇ ਸੰਸਾਰਾ ਪ੍ਰਮ ਪ੍ਰਮ ਆਏ ਤੂੰ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣ ਬਿੰਦੀ ਉਹ ਕਰੇ ਸੰਸਾਰਾ ਪ੍ਰਮ ਪ੍ਰਮ ਆਏ ਤੂੰ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਨਾਨਕ ਜੀ ਨੂੰ ਸੰਗਤ ਜੀਓ। ਇਹ ਜੋ ਸ਼ਬਦ ਆਰਤੀ ਨੇ ਸ਼੍ਰਵਣ ਕੀਤਾ ਹੈ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 693 ਧਨਾਸਰੀ ਬਾਣੀ ਭਗਤ ਨਾਮਦੇਵ ਜੀ ਇਸ ਟਾਈਟਲ ਦੇ ਅੰਦਰ ਦਰਜ ਹੈ। ਭਗਤ ਨਾਮਦੇਵ ਜੀ ਸਤਸੰਗਤ ਜਦੋਂ ਕਿਸੇ ਨੂੰ ਪ੍ਰਕਾਸ਼ ਹੋ ਜਾਂਦਾ ਹੈ ਜਿਹਦੇ ਜੀਵਨ ਦੇ ਅੰਦਰ ਜੋਤ ਜਗ ਪੈਂਦੀ ਹੈ ਉਸ ਨੂੰ ਇਸ ਜਗਤ ਦੀ ਰਚਨਾ ਬਾਰੇ ਕਿਆਸ ਹਰਾਈਆਂ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ। They don't depend on scientists, scientific discoveries, what scientist says, because they know, they experience it. Those who experience life from very beginning to very end. ਉਹਨਾਂ ਨੂੰ ਪਤਾ ਹੁੰਦਾ ਕਿ ਉਸ ਅਨੁਭਵ ਦੇ ਵਿੱਚ ਭਗਤ ਜਦੋਂ ਬੋਲਦੇ ਨੇ ਤੇ ਭਗਤਾਂ ਕਾ ਬੋਲਿਆ ਪ੍ਰਵਾਨ ਹੈ। ਭਗਤ ਜਦੋਂ ਉਸ ਸੁਰ ਦੇ ਵਿੱਚ ਬੋਲਦੇ ਨੇ ਉਸ ਇੱਕ ਐਕਸਪੀਰੀਅੰਸ ਦੇ ਵਿੱਚ ਉਹ ਬੋਲਦੇ ਨੇ ਉਹੀ ਡਿਵਾਈਨ ਟਰੂਥ ਹੈ। ਉਸੇ ਨੂੰ ਅਸੀਂ ਬਾਣੀ ਕਹਿੰਦੇ ਹਾਂ, ਉਸੇ ਨੂੰ ਅਸੀਂ ਰੈਵਲੇਸ਼ਨ ਕਹਿੰਦੇ ਹਾਂ ਕਿ ਉਹ ਜੋ ਕੁਝ ਉਹਨਾਂ ਨੇ ਅਨੁਭਵ ਕੀਤਾ ਉਹਨਾਂ ਦੇ ਥਰੂ ਵਾਹਿਗੁਰੂ ਆਪ ਬੋਲਿਆ। ਤੇ ਭਗਤ ਨਾਮਦੇਵ ਜੀ ਦੇ ਸਰੀਰ ਨੂੰ ਵਰਤ ਕੇ ਅਕਾਲ ਪੁਰਖ ਬੋਲਦੇ ਨੇ ਤੇ ਇਨਸਾਨਾਂ ਨੂੰ ਦੱਸਦੇ ਨੇ। ਪਹਿਲਾਂ ਇੱਕ ਮਿਥ ਸੀ, ਗੁਰਬਾਣੀ ਦੇ ਵਿੱਚ ਸ਼ਬਦ ਆਉਂਦੇ ਨੇ, ਮਿਥ ਇਹ ਸੀ ਕਿ ਨਾਭ ਕਮਲ ਤੇ ਬ੍ਰਹਮਾ ਉਚਰੇ ਉਪਜੇ ਵੇਦ ਪੜਾ ਰੁੱਖ ਕੱਟ ਸਵਾ। ਇੱਕ ਕਮਲ ਦੀ ਨਾਲੀ ਦੇ ਵਿੱਚੋਂ ਬ੍ਰਹਮਾ ਦਾ ਜਨਮ ਹੋਇਆ ਤੇ ਜਦੋਂ ਬ੍ਰਹਮਾ ਜੀ ਨੂੰ ਕਹਿੰਦੇ ਨੇ ਦੱਸਿਆ ਗਿਆ ਕਿ ਤੁਹਾਡੀ ਹੋਂਦ ਜਿਹੜੀ ਹੈ ਇਸ ਕਮਲ ਦੀ ਨਾਲੀ ਦੇ ਵਿੱਚੋਂ ਹੋਈ ਹੈ ਤਾਂ ਕਹਿੰਦੇ ਨੇ ਉਹ ਛੋਟੀ ਸਮਝ ਕੇ ਉਹਨੂੰ ਲੱਤ ਮਾਰੀ ਤੇ ਗੁਰਬਾਣੀ ਦੇ ਵਿੱਚ ਧੁੱਪ ਆਉਂਦੀ ਹੈ ਜੁਗ 36 ਵਰਤੇ ਗੁਬਾਰਾ ਤਾਰੀ ਲਾਈ ਸਿਰਜਣ ਹਾਰੈ। ਕਹਿੰਦੇ ਨੇ 36 ਜੁਗ ਉਸ ਕਮਲ ਦੀ ਨਾਲੀ ਦੇ ਵਿੱਚ ਘੁੰਮਦਾ ਰਿਹਾ ਤੇ ਅੰਤ ਨਹੀਂ ਪਾ ਸਕਿਆ। ਉਹ ਸਿਰਜਣ ਹਾਰ ਦਾ ਮਤਲਬ ਬ੍ਰਹਮਾ ਅਰਥਾ ਇੱਕ ਕਮਲ ਦੀ ਨਾਲੀ ਦੇ ਵਿੱਚ ਅੰਤ ਨਹੀਂ ਪਾਇਆ। ਇਹ ਕਿਹਾ ਜਾਂਦਾ ਸੀਗਾ ਕਿ ਪਹਿਲਾਂ ਜਦੋਂ ਸੰਸਾਰ ਪੈਦਾ ਹੋਇਆ ਇੱਕ ਕਮਲ ਦੀ ਨਾਲੀ ਤੋਂ ਪੈਦਾ ਹੋਇਆ, ਉਸ ਤੋਂ ਬਾਅਦ ਹੰਸਾ ਬ੍ਰਹਮਾ ਜੀ ਪੈਦਾ ਹੋਏ, ਬ੍ਰਹਮਾ ਤੋਂ ਫਿਰ ਸਾਰਾ ਸੰਸਾਰ ਪੈਦਾ ਹੋਇਆ। ਪਰ ਭਗਤ ਨਾਮਦੇਵ ਜੀ ਨੇ ਜੋ ਐਕਸਪੀਰੀਅੰਸ ਦੇ ਵਿੱਚ ਦੇਖਿਆ
ਤੇ ਉਹ ਕਹਿੰਦੇ ਨੇ ਨਹੀਂ ਭਾਈ, ਇਹ ਬ੍ਰਹਮਾ ਤੋਂ ਪੈਦਾ ਨਹੀਂ ਹੋਇਆ, ਇਹ ਕਮਲ ਫੁੱਲ ਤੋਂ ਪੈਦਾ ਨਹੀਂ ਹੋਇਆ। ਉਹ ਕਹਿੰਦੇ ਨੇ ਪਹਿਤ ਪੁਰਸਾ ਬਿਰਾ, ਸਭ ਤੋਂ ਪਹਿਲਾਂ ਉਹ ਅਕਾਲ ਪੁਰਖ ਆਪ ਸੀ। ਪੁਰਸ ਆਬਿਰਾ ਜਿਹੜਾ ਅਲੋਨ ਦ ਡਿਵਾਈਨ ਪ੍ਰੈਜੈਂਸ ਵਾਸ ਦੇਅਰ, ਸਭ ਤੋਂ ਪਹਿਲਾਂ ਉਹ ਕਰਤਾ ਆਪ ਸੀ। ਅਥੋਨ ਦੈਨ, ਉਸ ਤੋਂ ਬਾਅਦ ਪੁਰਸਾ ਦਵਰਾ, ਜਿਹੜੀ ਦੂਸਰੀ ਸ਼ਕਤੀ ਪੈਦਾ ਹੋਈ ਹੈ ਉਹ ਹੈ ਸੰਸਾਰ। ਇਹ ਸੰਸਾਰ ਸਾਰਾ ਉਸ ਕਰਤੇ ਪੁਰਖ ਤੋਂ ਪੈਦਾ ਹੋਇਆ ਹੈ, ਕਿਸੇ ਕਮਲ ਤੋਂ ਜਾਂ ਕਿਸੇ ਬ੍ਰਹਮਾ ਤੋਂ ਪੈਦਾ ਨਹੀਂ ਹੋਇਆ। ਇਹ ਉਸ ਅਕਾਲ ਪੁਰਖ ਦੀ ਆਪਣੀ ਰਚਨਾ ਹੈ। ਤੇ ਉਹ ਕਹਿੰਦੇ ਨੇ ਕਿ ਹਰ ਕਾ ਬਾਗੜਾ ਨਾਚਾ ਕਿੰਨੀ ਮੈਂ ਸਾਗਰਾ, ਇਹ ਹਰੀ ਦਾ ਬਾਗ ਹੈ। ਇਹ ਇਸ ਤਰ੍ਹਾਂ ਦੀ ਖੇਡ ਹੈ ਕਿ ਜਿਸ ਤਰ੍ਹਾਂ ਟਿੰਡਾਂ ਖੂਹ ਦੇ ਵਿੱਚੋਂ ਆਉਂਦੀਆਂ, ਖੂਹ ਦੇ ਵਿੱਚ ਭਰ ਕੇ ਫਿਰ ਖਾਲੀ ਹੁੰਦੀਆਂ, ਫਿਰ ਆ ਜਾਂਦੀਆਂ, ਇਹ ਸਾਰਾ ਖੇਡ ਉਸ ਵਾਹਿਗੁਰੂ ਦਾ ਆਪਣਾ ਰਚਿਆ ਹੋਇਆ ਹੈ। ਪਰ ਇਨਸਾਨ ਭਰਮ ਦੇ ਵਿੱਚ ਭੁੱਲ ਗਿਆ, ਭੁੱਲ ਕੇ ਤੇ ਸੰਸਾਰ ਦੇ ਨਾਲ ਜੁੜ ਗਿਆ, ਤੇ ਜੁੜ ਕੇ ਜਦੋਂ ਦੇਖਦਾ ਕਿ ਅਸ਼ਾਂਤ ਹੈ, ਬੇਚੈਨੀ ਹੈ, ਭਟਕ ਰਿਹਾ ਹੈ, ਟਿਕਾਣ ਹੀ ਮਿਲ ਰਿਹਾ, ਫਿਰ ਗੁਰੂ ਕੋਲ ਆਉਂਦਾ ਤੇ ਗੁਰੂ ਪਰ ਪੁੱਛਦਾ, ਕਹਿੰਦੇ ਨੇ ਤਿੰਨੀ ਉਹ ਕਲੇ ਸੰਸਾਰਾ, ਸੰਸਾਰ ਜਿਹੜਾ ਹੈ ਭਟਕ ਰਿਹਾ ਹੈ, ਡੋਲ ਰਿਹਾ ਹੈ, ਭਰਮ ਭਰਮ ਆਏ ਤੁਲਚੇ ਦੁਆਰਾ, ਵੀ ਇਹ ਗੁਰੂ ਮੈਂ ਭਰਮ ਭਰਮ ਕੇ ਇਸ ਦੁਨੀਆਂ ਦੇ ਵਿੱਚ ਜਦੋਂ ਕਿਤੇ ਟਿਕਾ ਨਹੀਂ ਲੱਭਾ, ਮੈਂ ਤੇਰੇ ਕੋਲ ਆਇਆ ਤੇ ਪੁੱਛਿਆ ਤੂੰ ਕੌਣ ਰਹੇ, ਵੀ ਤੂੰ ਕੌਣ ਹੈ, ਕਹਿੰਦੇ ਮੈਂ ਜੀ ਨਾਮਾ, ਮੇਰਾ ਨਾਮ ਨਾਮਦੇਵ ਹੈ। ਹੋ ਜੀ ਆਹਦਾ ਤਿੰਨ, ਆਹਦਾ ਦਾ ਅਰਥ ਹੈ ਸੰਸਾਰ ਦੁਨੀਆਂ, ਤੇ ਸੰਸਾਰ ਨੂੰ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਮੁੰਦਰ ਕਿਹਾ ਕਿ ਜਿਸ ਤਰ੍ਹਾਂ ਸਮੁੰਦਰ ਦੀ ਗਹਿਰਾਈ, ਸਮੁੰਦਰ ਦੇ ਵਿੱਚ ਜੋ ਕੁਝ ਹੈ ਇਹ ਆਮ ਨਜ਼ਰਾਂ ਦੇ ਨਾਲ ਦੇਖਿਆ ਤੇ ਮਾਪਿਆਂ ਤੋਂ ਲਿਆ ਨਹੀਂ ਜਾ ਸਕਦਾ, ਇਸ ਤਰ੍ਹਾਂ ਸੰਸਾਰ ਦੀਆਂ ਦੁਨੀਆਂ ਦੀਆਂ ਜਿਹੜੀਆਂ ਡਾਇਮੈਂਸ਼ਨਸ ਨੇ ਇਹਨਾਂ ਦਾ ਤੁਰੰਤ ਨਹੀਂ ਪਾਇਆ ਜਾ ਸਕਦਾ। ਕੋਈ ਕਿਸੇ ਪਾਸੇ ਰੁੜ ਰਿਹਾ, ਕੋਈ ਕਿਸੇ ਪਾਸੇ ਰੁੜ ਰਿਹਾ। ਲੋਭ ਲਹਿਰ ਅਦਮੀ ਜਰ ਬਾਜਾ ਹੈ ਤਾਇਆ ਡੂਬੈ, ਸੰਸਾਰ ਇਨਸਾਨ ਸੰਸਾਰ ਦੇ ਵਿੱਚ ਗੁਆਚਿਆ ਹੋਇਆ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਪਰਮਾਤਮਾ ਮੈਨੂੰ ਸੰਸਾਰ ਤੋਂ ਬਚਾ, ਇੱਥੋਂ ਕੱਢ ਇਹਨਾਂ ਦੇ ਦੁੱਖਾਂ, ਸੰਸਾਰ ਤੋਂ ਕੱਢਣ ਦਾ ਅਰਥ ਹੈ ਕਿ ਮੇਰੀ ਸੁਰਤੀ ਚੋਂ ਦੁੱਖ ਤੇ ਜੋ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਜਿਹੜੀ ਐਂਗਜ਼ਾਇਟੀ ਹੈ, ਅੰਦਰ ਪੇਨਸ ਨੇ, ਸਫਰਿੰਗਸ ਨੇ, ਉਹਨਾਂ ਤੋਂ ਮੇਰਾ ਛੁਟਕਾਰਾ ਕਰਾ, ਆਦਾ ਤੇ ਨਿਵਾਰਨਾ ਜਮ ਕਰਨਾ, ਜਿਹੜਾ ਜਮਾਂ ਦਾ ਕਾਰਨ ਹੈ। ਸੋ ਇਸ ਲਈ ਮੇਰੇ ਤੇ ਬਖਸ਼ਿਸ਼ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭਗਤ ਨਾਮਦੇਵ ਤੇ ਬਖਸ਼ਿਸ਼ ਕੀਤੀ, ਸਤਸੰਗ ਜੀ ਦੀਨ ਕਾ ਦਇਆਲ ਮਾਧੋ ਗਰਭ ਪ੍ਰਹਾਰੀ ਚਰਨ ਸ਼ਰਨ ਨਾਮਾ ਬਲ ਤਿਹਾਈ, ਇਹ ਕਰਤਾ ਪੁਰਖ ਤੇਰੀ ਸ਼ਰਨ ਦੇ ਵਿੱਚ ਆਇਆ। ਅਸੀਂ ਵੀ ਅਰਦਾਸ ਕਰੀਏ ਕਿ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਤਾਂ ਕਿ ਸਤਿਗੁਰੂ ਸਾਡੇ ਤੇ ਨਿਯੰਤਰਣ ਹੱਥ ਰੱਖੇ, ਪਹਿਲਾਂ ਤਾਂ ਦਿਖਾ ਦੇਵੇ ਕਿ ਕੂੜਾ ਕਿੱਥੇ ਇਕੱਠਾ ਕੀਤਾ ਹੋਇਆ, ਤੇ ਫਿਰ ਉਹਦੇ ਤੇ ਬਹਿ ਕੇ ਵੀ ਕਰ ਸਕਦਾ। ਭੁੱਲਾ ਚੁੱਕਾ ਨਿਖੇਮਾ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ।